फौज के उत्तरी कमांडे चीफ लेफ्टिनेंट जनरल देवराज अंबू ने आज प्रेस कॉन्फ्रेंस की थी। उन्हें कहा कि इस वक्त दुश्मन मुकम्मल रूप विच परेशान है क्योंकि वो सरहद दे कुछ नहीं कर पा रहे, इसलिए वो इस तरह अंदर दाखिल होके कार्रवाई कर रहे हैं। उत्तर प्रदेश के इलाहाबाद मामूली विवाद नु लेके LLB दे विद्यार्थी दलीप सरोज दी कुट के हत्या मामले पुलिस ने मुख्य दोषी नु गिरफ्तार कर लिया है। सुरेश कुमार दी नियुक्ति रद्द करन दे फैसले ते हाई कोर्ट दी डिवीजन बेंच ने रोक लगा दी है। इकेरी बेंच दी नियुक्ति ने नियमा तो परे दसदियां नियुक्ति रद्द कर दी सी ते सरकार ने इस फैसले नु डिवीजन बेंच विच चुनौती दी सी। दक्षिणी पश्चिमी दिल्ली दे जफरपुर कलां च मौजूद सरकारी अस्पताल दे स्टाफ वल्लों कीती 32 साला नौजवान नु कथित रूप विच बेरहमी नाल कुटिया गया। इस तो बाद उसकी मौत हो गई। मृतक दे पीड़ित परिवार ने दोष लगाया है कि मृतक नौजवान वल्लों अपनी अपाहज पत्नी दे इलाज लई अस्पताल वल्लों हो रही कुताही दे चलदियां विरोध कीता जा रहा सी। पश्चिमी बंगाल दी मुख्यमंत्री ममता बैनर्जी ने कहा है कि केंद्रीय बजट दे ऐलान च कीती गई कौमी सेहत सुरक्षा स्कीम नु ਉਹਨਾਂ ਦੇ ਸੂਬੇ ਚ ਲਾਗੂ ਨਹੀਂ ਕੀਤਾ ਜਾਵੇਗਾ। ਉਹਨੇ ਕਿਹਾ ਕਿ ਕਾਫੀ ਮਿਹਨਤ ਤੋਂ ਇਕੱਤਰ ਕੀਤੇ ਗਏ ਆਪਣੇ ਸਰੋਤਾਂ ਨੂੰ ਬਰਬਾਦ ਨਹੀਂ ਕੀਤਾ ਜਾਵੇਗਾ। ਇਸ ਸਕੀਮ ਵਿੱਚ 40% ਰਕਮ ਸੂਬਿਆਂ ਨੂੰ ਦੇਣੀ ਹੈ। ਆਪਣੇ ਦੋਸਤ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਏ ਫੌਜੀ ਜਵਾਨ ਦੀ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਫੌਜੀ ਜਵਾਨ ਦੀ ਮੌਤ ਉਸ ਦੀ ਹੀ ਰਾਈਫਲ ਵਿੱਚੋਂ ਗੋਲੀ ਚੱਲਣ ਕਾਰਨ ਹੋਈ ਸੀ। ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਦਾ ਅੱਜ ਜਨਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਉਹ ਇੱਕ ਬਿਹਤਰੀਨ ਲੀਡਰ ਹਨ। ਵਿਦੇਸ਼ ਮੰਤਰੀ ਵਜੋਂ ਉਹ ਭਾਰਤੀ ਵਿਦੇਸ਼ੀ ਨੀਤੀ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਕਿਰਦਾਰ ਨਿਭਾ ਰਹੇ ਹਨ। ਇਜ਼ਰਾਈਲੀ ਪੁਲਿਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਬੇਆਮਿਨ ਨੇਤਨਯਾਹੂ ਤੇ ਰਿਸ਼ਵਤ ਲੈਣ, ਧੋਖਾਧੜੀ ਕਰਨ ਦੇ ਅਤੇ ਭਰੋਸਾ ਤੋੜਨ ਦੇ ਦੋਸ਼ ਤਹਿਤ ਮੁਕੱਦਮਾ ਚੱਲਣਾ ਚਾਹੀਦਾ ਹੈ। ਪੁਲਿਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਮੁਕੱਦਮਾ ਚੱਲਣ ਲਈ ਢੁਕਵੇਂ ਸਬੂਤ ਹਨ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ 3 ਸਾਲ ਪੂਰੇ ਕਰ ਲਏ। ਜਿੱਥੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਭਾਜਪਾ ਤੇ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਲੋਕਾਂ ਸਾਹਮਣੇ ਰੱਖ ਰਹੀ ਹੈ। ਆਪਰੇਸ਼ਨਲ ਦਿੱਕਤਾਂ ਦੇ ਚਲਦਿਆਂ ਦਿੱਲੀ ਆਉਣ ਵਾਲੀਆਂ 20 ਟ੍ਰੇਨਾਂ ਦੇਰੀ ਨਾਲ ਹਨ। 6 ਦਾ ਸਮਾਂ ਦੁਬਾਰਾ ਤੈਅ ਕੀਤਾ ਗਿਆ ਅਤੇ 11 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।